ਰਾਗ ਗੌੜ ਮਹੱਲਾ ਪੰਜਵਾਂ। ਗੋਲਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਇਹ ਬਾਣੀ ਮਹਾਰਾਜ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ, ਗੁਰੂ ਸਾਹਿਬ ਜੀ ਫਰਮਾ ਰਿਹਾ ਹੈ ਕਿ ਅਸੀਂ ਜੀਵ ਧਿਆਨ 'ਤੇ ਧਰਦੇ ਹਾਂ, ਲੇਕਿਨ ਸਾਨੂੰ ਇਹ ਪਤਾ ਨਹੀਂ ਕਿ ਅਸੀਂ ਜਿਸ ਦਾ ਧਿਆਨ ਧਰਦੇ ਹਾਂ ਇੱਥੋਂ ਸਾਨੂੰ ਮਿਲੇਗਾ ਕੀ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਜਿੱਥੇ ਧਿਆਨ ਜਾਏਗਾ ਉੱਥੇ ਜਨਮ ਜਾਏਗਾ। ਜੇ ਅਸੀਂ ਪਸ਼ੂਆਂ ਦੇ ਧਿਆਨ ਧਰਦੇ ਹਾਂ ਸਾਨੂੰ ਪਸ਼ੂਆਂ ਦੇ ਜਨਮ ਵਿੱਚ ਆਉਣਾ ਪਏਗਾ। ਜੇ ਅਸੀਂ ਦਰੱਖਤਾਂ ਦੇ ਧਿਆਨ ਧਰਦੇ ਹਾਂ ਤਾਂ ਸਾਨੂੰ ਦਰੱਖਤਾਂ ਦੇ ਜਨਮ ਵਿੱਚ ਆਉਣਾ ਪਏਗਾ। ਮੜੀਆਂ ਮਸਾਣਾਂ ਦੇ ਧਿਆਨ ਧਰਦੇ ਹਾਂ ਸਾਨੂੰ ਉਹਨਾਂ ਦੇ ਵਿੱਚ ਜਾਣਾ ਪਏਗਾ। ਇਹ ਸਾਨੂੰ ਪਤਾ ਨਹੀਂ ਕਿ ਸਾਨੂੰ ਫਾਇਦਾ ਕਿਸ ਸਰੂਪ ਕਿਸ ਧਿਆਨ ਦੇ ਨਾਲ ਹੋਣਾ ਹੈ। ਗੁਰੂ ਸਾਹਿਬ ਜੀ ਫਰਮਾ ਰਿਹਾ ਕਿ ਸਤਿਗੁਰ ਕਾ ਧਿਆਨ ਧਰ, ਬਿਨਾਂ ਇਸ ਤੇਰਾ ਕੰਮ ਨਹੀਂ ਸਰਨਾ। ਸਤਿਗੁਰ ਦਾ ਧਿਆਨ ਧਰੂਗਾ, ਸਤਿਗੁਰ ਇਸ ਨੂੰ ਅੱਛੀ ਸਿੱਖਿਆ ਦੇਗਾ, ਨਾਮ ਦਾਨ ਬਖਸ਼ੇਗਾ, ਇਹ ਨਾਮ ਜਪੇਗਾ, ਇੱਕ ਦਿਨ ਆਪਣੇ ਦੇਸ਼ ਚਲਾ ਜਾਏਗਾ, ਇਹ 84 ਦੇ ਚੱਕਰ 'ਚੋਂ ਨਿਕਲ ਜਾਏਗਾ ਔਰ ਆਪਣੇ ਦੇਸ਼ ਚਲਾ ਜਾਏਗਾ। ਇਹ ਸਾਡਾ ਦੇਸ਼ ਨਹੀਂ, ਇੱਥੇ ਬੜੇ ਬੜੇ ਹੌਲੀਏ ਪਕੰਬਰ ਰਿਸ਼ੀ ਮਣੀ ਸੰਤ ਮਹਾਤਮਾ ਆਏ ਹੈ ਔਰ ਚਲਾ ਗਏ, ਆਪਣੇ ਆਪਣੇ ਪਾਠ ਦਾ ਕਰਕੇ ਚਲਾ ਗਏ। ਇਹ ਸਵਾਮੀ ਜੀ ਮਹਾਰਾਜ ਨੇ ਫਰਮਾਇਆ ਹੈ, ਜੇ ਤੋ ਕਰ ਹੈ ਕਾਲ ਕਾ ਗਰ ਆਪਣਾ ਮਤ ਜਾਣ, ਨਿਸ਼ਚੇ ਕਰਕੇ ਮਾਨਿਓ ਜੋ ਅਬ ਕਹੂ ਬਖਾਣ। ਕਈਆਂ ਫਕੀਰਾਂ ਨੇ ਬ੍ਰਿਸ਼ ਦੀ ਮਿਸਾਲ ਦਿੱਤੀ ਹੈ ਕਿ ਜਿਸ ਤਰ੍ਹਾਂ ਬ੍ਰਿਸ਼ ਦੇ ਉੱਤੇ ਪੈਂਛੀ ਬੈਠੇ ਹੁੰਦੇ ਹੈ, ਅਸੀਂ ਵੀ ਇਸ ਜ਼ਮੀਨ ਦੇ ਉੱਤੇ ਇਸ ਸੰਸਾਰ ਦੇ ਉੱਤੇ ਬ੍ਰਿਸ਼ ਦੀ ਤਰ੍ਹਾਂ ਬੈਠੇ ਹਾਂ। ਜਦੋਂ ਸੁਬਾਹ ਹੁੰਦੀ ਹੈ ਉਹ ਪੈਂਛੀ ਉੱਡ ਕੇ ਆਪਣੇ ਆਪਣੇ ਇਲਾਕਿਆਂ 'ਚ ਚਲਾ ਜਾਂਦੇ ਹੈ, ਔਰ ਜਦੋਂ ਸਾਡਾ ਵੀ ਦਾਣਾ ਪਾਣੀ ਮੁੱਕਦਾ ਹੈ ਤਾਂ ਅਸੀਂ ਵੀ ਇਸ ਸੰਸਾਰ ਤੋਂ ਚਲਾ ਜਾਂਦੇ ਹਾਂ। ਇਹ ਬ੍ਰਿਸ਼ ਦੀ ਮਿਸਾਲ ਦਿੱਤੀ ਹੈ। ਦਾਦੂ ਸਾਹਿਬ ਨੇ ਇੱਕ ਪਣਸਾਰੀ ਦੇ ਹੱਟ ਦੀ ਮਿਸਾਲ ਦਿੱਤੀ ਹੈ। ਜਿਸ ਤਰ੍ਹਾਂ ਪਣਸਾਰੀ ਦਾ ਹੱਟ ਹੁੰਦਾ ਉੱਥੇ ਕਈ ਸੌਦਾ ਲੈ ਜਾਂਦੇ ਹੈ, ਕਈ ਲੈਣ ਆ ਜਾਂਦੇ ਹੈ। ਇਹ ਸੰਸਾਰ ਨੂੰ ਇੱਕ ਪਣਸਾਰੀ ਦਾ ਹੱਟ ਦੱਸਿਆ, ਕਈਆਂ ਨੇ ਗੱਡੀ ਦਾ ਸਟੇਸ਼ਨ ਦੱਸਿਆ, ਮੁਸਾਫਰਖਾਨਾ ਦੱਸਿਆ,
ਗੱਡੀ ਦੇ ਸਟੇਸ਼ਨ 'ਤੇ ਇੱਕ ਗੱਡੀ ਆਉਂਦੀ ਹੈ, ਉਹ ਸਵਾਰੀਆਂ ਲਵਾ ਜਾਂਦੀ ਹੈ, ਦੂਸਰੀ ਲੈ ਜਾਂਦੀ ਹੈ। ਇੱਥੇ ਭੀੜ ਬਣੀ ਰਹਿੰਦੀ ਹੈ, ਲੇਕਿਨ ਆਓ ਜਾਈ ਬਣੀ ਰਹਿੰਦੀ ਹੈ। ਅਸੀਂ ਇੱਥੇ ਮੁਸ਼ਕਿਲ ਰਹਿ ਨਹੀਂ ਸਕਦੇ, ਸਾਡਾ ਇਹ ਦੇਸ਼ ਨਹੀਂ, ਪਰ ਅਸੀਂ ਆਪਣੇ ਦੇਸ਼ ਜਾਣ ਵਾਸਤੇ ਸਾਨੂੰ ਕਿਸੇ ਮਹਾਂਪੁਰਖਾਂ ਦੀ ਜ਼ਰੂਰਤ ਹੈ। ਉਹ ਸਾਨੂੰ ਮਿਲ ਜਾਣ ਕੋਈ ਐਸੇ ਮਹਾਂਪੁਰਖ ਸ਼ਬਦ ਵਿਆਸੀ, ਸਾਨੂੰ ਉਹ ਸ਼ਬਦ ਦਾ ਰਸਤਾ ਦੱਸ ਦੇਣ, ਉਸ ਮਾਲਕ ਦੇ ਮਿਲਣ ਦਾ ਰਸਤਾ ਦੱਸ ਦੇਣ। ਅਸੀਂ ਵੀ ਮਿਹਨਤ ਕਰੀਏ, ਹੋ ਸਕਦਾ ਹੈ ਅਸੀਂ ਵੀ ਆਪਣੇ ਦੇਸ਼ ਚਲੇ ਜਾਈਏ। ਗੁਰੂ ਸਾਹਿਬ ਜੀ ਜੋ ਵੀ ਬਾਣੀ 'ਚ ਫਰਮਾ ਰਹੇ ਨੇ, ਉਹਨਾਂ ਨੇ ਆਪਣੇ ਸਤਿਗੁਰ ਦੀ ਬੜੀ ਤਾਰੀਫ ਕੀਤੀ ਹੈ। ਉਹਨਾਂ ਕੁਛ ਵੀ ਨਹੀਂ ਹੋਰ ਕਿਹਾ, ਸਿਰਫ ਸਤਿਗੁਰ ਨੂੰ ਹੀ ਮੰਨਿਆ ਹੈਗਾ। ਮਹਾਰਾਜ ਪੰਜਵੀਂ ਪਾਤਸ਼ਾਹੀ ਨੇ ਇਹ ਵੀ ਬਾਣੀ 'ਚ ਫਰਮਾਇਆ ਹੈ, ਗੁਰ ਪਰਮੇਸ਼ਰ ਪੂਜੀਏ ਮਨ ਤਨ ਲਾਏ ਪਿਆਰ। ਮੁਰਸ਼ਦ ਨੂੰ ਇੱਕ ਪਰਮੇਸ਼ਰ ਦਾ ਰੁਤਬਾ ਦਿੱਤਾ, ਫਿਰ ਪੂਜਣਾ ਹੈ ਮਨੋ ਤਨੋ ਪਿਆਰ ਨਾਲ। ਉਹਨਾਂ ਦੀ ਪੂਜਾ ਕੀ ਹੈ? ਭਜਨ ਸਿਮਰਨ, ਸਾਧ ਸੰਗਤ ਦੀ ਸੇਵਾ ਔਰ ਸਤਸੰਗ। ਭਜਨ ਸਿਮਰਨ ਵੀ ਅਸੀਂ ਜਿਹੜਾ ਕੋਈ ਵੀ ਕੰਮ ਹੈ ਮਨੋ ਤਨੋ ਕਰਾਂਗੇ, ਉਹ ਸਾਡਾ ਕੰਮ ਕਾਮਯਾਬ ਹੋਏਗਾ। ਜਿਹੜਾ ਕੰਮ ਸਾਡਾ ਮਨੋ ਤਨੋ ਨਹੀਂ ਹੁੰਦਾ, ਪੂਰਾ ਦਿਲ ਨਹੀਂ ਉਹਦੇ 'ਤੇ ਬਹਿੰਦਾ, ਉਹ ਕੰਮ ਪੂਰਾ ਨਹੀਂ ਹੁੰਦਾ। ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਸਤਿਗੁਰ, ਅਗਰ ਤੂੰ ਧਿਆਨ ਧਰਨਾ ਹੈ ਤਾਂ ਸਤਿਗੁਰ ਦਾ ਧਿਆਨ ਧਰ, ਜਿੰਦਾ ਸ਼ਕਤੀ ਦਾ, ਉਹ ਤੇਰਾ ਧਿਆਨ ਧਰੇਗਾ। ਭਾਈ ਤੂੰ ਪਸ਼ੂਆਂ ਦਾ ਧਿਆਨ ਧਰੇਗਾ, ਪਸ਼ੂ ਤੇਰਾ ਧਿਆਨ ਧਰੇਗਾ, ਜਾਂ ਵਰਿਸ਼ਾਂ ਦਾ ਧਿਆਨ ਤੂੰ ਧਰੇਗਾ, ਉਹ ਤੇਰਾ ਧਿਆਨ ਧਰਨਗੇ, ਉਹ ਤੁਹਾਨੂੰ ਕੀ ਸਿੱਖਿਆ ਦੇਣਗੇ। ਜਿੰਦਾ ਸ਼ਕਤੀ ਗੁਰੂ ਸਾਹਿਬ ਜੀ ਫਰਮਾਉਂਦੇ ਹੈ ਕਿ ਸਤਿਗੁਰ ਦਾ ਧਿਆਨ ਧਰੋ, ਜਿਹੜੇ ਸਾਨੂੰ ਉਸ ਮਾਲਕ ਦੇ ਮਿਲਣ ਦਾ ਰਸਤਾ ਦੱਸਣ, ਸਾਨੂੰ ਉਹ ਅੱਛੀ ਸਿੱਖਿਆ ਦੇਣ। ਹਾਂਜੀ, ਗੁਰ ਕੀ ਮੂਰਤ ਨਾਮਾ ਹੈ ਧਿਆਨ, ਗੁਰ ਕੇ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੈ ਲੈ ਤਾਰੇ, ਪਾਰ ਬ੍ਰਹਮ ਸਦਾ ਨਮਸਕਾਰ। ਗੁਰੂ ਸਾਹਿਬ ਜੀ ਫਰਮਾ ਰਿਹਾ ਹੈ ਕਿ ਸਤਿਗੁਰ ਤੂੰ ਇੱਥੇ ਨਾ ਸਮਝ, ਉਹ ਪਾਰ ਬ੍ਰਹਮ, ਪਰੇ ਤੂੰ ਪਰੇ, ਉੱਚੇ ਤੂੰ ਉੱਚਾ, ਔਰ ਸਤਿਗੁਰ ਦੇ ਚਰਨ ਤੂੰ ਹਿਰਦੇ 'ਚ ਧਾਰ। ਹਿਰਦੇ 'ਚ ਅਸੀਂ ਕੀ ਧਾਰਨੇ ਹੈ? ਕਈ ਵਾਰ ਅੱਗੇ ਵੀ ਦੱਸਿਆ ਕਿ ਸਾਈਂ ਬੁੱਲੇ ਸ਼ਾਹ ਨੂੰ ਜਦੋਂ ਫਤਵਾ ਲੱਗਾ, 12 ਸਾਲ ਕੰਜਰਾਂ ਦੇ ਘਰ ਰਹੇ, ਔਰ 12 ਸਾਲ ਹੀ ਰੋਜ਼ ਦਾ ਰੋਜ਼ ਸ਼ਾਹ ਨਹਿਰ ਦੇ ਚਰਨਾਂ ਵੱਲ ਧਿਆਨ ਧਰਦਾ ਸੀ ਕਿ ਕਿਸ ਵੇਲੇ ਉਹਨਾਂ ਨੂੰ ਮੌਕਾ ਮਿਲਦਾ ਹੈ, ਉਹਨਾਂ ਦੇ ਤਮਾਸ਼ਾ ਕਰਨ ਵਾਸਤੇ ਕਿਸ ਵਕਤ ਉਹ ਜਾਂਦੇ ਹੈ, ਸਵੇਰੇ ਜਾਂਦੇ ਹੈ, ਸ਼ਾਮ ਨੂੰ ਜਾਂਦੇ ਹੈ, 24 ਘੰਟੇ ਧਿਆਨ ਉਸ ਦਾ ਸ਼ਾਹ ਨਹਿਰ ਦੇ ਚਰਨਾਂ ਵਿੱਚ ਰਹਿੰਦਾ ਸੀ। ਆਖਰ ਇੱਕ ਦਿਨ ਮੌਕਾ ਮਿਲ ਗਿਆ,
ਅਤੇ ਮੁਰਸ਼ਦ ਦੇ ਪਾਸ ਵੀ ਚਲਾ ਗਿਆ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ ਹੈ ਕਿ ਸਤਿਗੁਰ ਨੂੰ ਪਰੇ ਤੋਂ ਪਰੇ ਸਮਝੋ ਔਰ ਉਹਨਾਂ ਦੇ ਚਰਨ ਆਪਣੇ ਹਿਰਦੇ ਵਿੱਚ ਤਾਰੋ। ਹਾਂਜੀ, ਗੁਰ ਕੇ ਚਰਨ ਹਿਰਦੇ ਲੈ ਤਾਰੇ, ਗੁਰ ਪਾਰ ਬ੍ਰਹਮ ਸਦਾ ਨਮਸਕਾਰ, ਮਤ ਕੋ ਪਰਮ ਭੂਲੇ ਸਨ ਸਾਰ, ਗੁਰ ਬਿਨ ਕੋਈ ਨਾ ਤਰਸ ਪਾਰ। ਜਿਹਨਾਂ ਫਕੀਰਾਂ ਨੇ ਇਹ ਬਚਨ ਕਹੇ ਹੈ ਉਹਨਾਂ ਨੇ ਦੇਖ ਕੇ ਕਹੇ, ਉਹਨਾਂ ਨੇ ਅੰਦਰ ਅਭਿਆਸ ਕੀਤਾ, ਅੰਦਰ ਸਤਿਗੁਰ ਨੂੰ ਦੇਖਿਆ ਕਿ ਸਤਿਗੁਰ ਹੈ ਕਿੱਥੇ ਹੈ, ਕਿੱਥੇ ਅਸਲੀ ਹੈ ਸਤਿਗੁਰ ਦੀ, ਤਾਂ ਪਰੇ ਤੋਂ ਪਰੇ ਨਜ਼ਰ ਆਈ। ਈਸ਼ਵਰ ਦਾ ਔਰ ਸਤਿਗੁਰ ਦਾ ਕੋਈ ਫਰਕ ਉਹਨਾਂ ਨੂੰ ਨਜ਼ਰ ਨਹੀਂ ਆਇਆ। ਲੈਟ ਨਾਲ ਲੈਟ ਮਿਲ ਗਈ, ਪਾਣੀ ਨਾਲ ਪਾਣੀ ਮਿਲ ਗਿਆ, ਇੱਕ ਮਿਕ ਹੋ ਜਾਂਦਾ। ਇਸੇ ਤਰ੍ਹਾਂ ਦੇਖ ਕੇ ਗੁਰੂ ਸਾਹਿਬ ਨੇ ਫਿਰ ਬਾਣੀ 'ਚ ਫਰਮਾਇਆ, ਦੇਖਿਓ ਹੈ ਸੰਸਾਰ ਕਿਤੇ ਭੁੱਲ ਨਾ ਜਾਇਓ। ਸਾਰੇ ਸੰਸਾਰ ਨੂੰ ਔਕਾ ਦਿੱਤਾ ਹੈ, ਕਿਤੇ ਦੇਖਿਓ ਭੁੱਲ ਨਾ ਜਾਇਓ। ਗੁਰਬਿਨ ਕੋਈ ਨਾ ਉਤਰ ਸਪਾ, ਮੁਰਸ਼ਦ ਦੇ ਬਿਨਾਂ ਤੁਸੀਂ ਆਪਣੇ ਦੇਸ਼ ਨਹੀਂ ਜਾ ਸਕਦੇ, ਮੁਰਸ਼ਦ ਦੇ ਬਿਨਾਂ ਤੁਸੀਂ ਕੁਛ ਵੀ ਨਹੀਂ ਕਰ ਸਕਦੇ, ਦੇਖਿਓ ਕਿਤੇ ਭੁਲੇਖੇ ਵਿੱਚ ਨਾ ਰਿਹੋ। ਹਾਂਜੀ, ਮਤ ਕੋ ਪਰਮ ਭੂਲੇ ਸਨ ਸਾਰ, ਗੁਰਬਿਨ ਕੋਈ ਨਾ ਉਤਰਸ ਪਾਰ, ਭੂਲੇ ਕੋ ਗੁਰ ਮਾਰਗ ਪਾਰ, ਅਵਰ ਤਿਆਗ ਹਰ ਭਗਤੀ ਲਾਰ। ਗੁਰੂ ਸਾਹਿਬ ਜੀ ਫਰਮਾ ਰਿਹਾ ਕਿ ਭੂਲੇ ਕੋ ਗੁਰ ਰਸੇ ਮਾਰਗ ਪਾਇਆ। ਅਸੀਂ ਜੀਵ ਭੁੱਲੇ ਹਾਂ, ਬੇਸ਼ੱਕ ਅਸੀਂ ਆਪਣੇ ਆਪ 'ਚ ਸਮਝਦਾਰ ਬਣੇ ਫਿਰਦੇ ਹਾਂ, ਲੇਕਿਨ ਸਾਡੀ ਸਮਝ ਕੋਈ ਕੰਮ ਨਹੀਂ ਕਰ ਰਹੀ। ਅਸੀਂ ਇੱਥੇ ਭੁੱਲ 'ਚ ਪਏ ਹਾਂ, ਭੁੱਲ 'ਚ ਅਸੀਂ ਕਰਮ ਕਰਦੇ ਹਾਂ। ਗੁਰੂ ਸਾਹਿਬ ਜੀ ਆ ਕੇ ਸਾਨੂੰ ਰਸਤੇ ਪਾਉਂਦੇ ਹੈ, ਉਸ ਮਾਰਗ ਪਾਉਂਦੇ ਹੈ ਕਿ ਜਿਹੜਾ ਦੇਸ਼ ਆਪਣੇ ਮਾਲਕ ਦੇ ਦੇਸ਼ ਜਾਂਦਾ, ਜਿਸ ਰਸਤੇ ਆਪਣੇ ਮਾਲਕ ਨੂੰ ਮਿਲ ਸਕਦਾ, ਸਾਨੂੰ ਉਸ ਰਸਤੇ ਪਾਉਂਦੇ ਹੈ। ਫਜ਼ੂਲ ਕਰਮ ਜਿਹੜੇ ਅਸੀਂ ਕਰਦੇ ਹਾਂ ਉਹਨਾਂ ਨੂੰ ਛਡਾ ਦਿੰਦੇ ਹੈ, ਔਰ ਸਹੀ ਕਰਮ ਸਾਨੂੰ ਦੱਸ ਦਿੰਦੇ ਹੈ ਕਿ ਜਿਹੜੇ ਸਹੀ ਕੰਮ ਨੇ ਉਹ ਕਰੋ। ਸਹੀ ਕੰਮ ਕਿਹੜਾ ਹੈ? ਭਜਨ ਸਿਮਰਨ, ਸਾਧ ਸੰਗਤ ਦੀ ਸੇਵਾ, ਇਹ ਸਹੀ ਕੰਮ ਹੈ। ਇਹਦੇ ਵਿੱਚੋਂ ਸਾਨੂੰ ਕੁਛ ਮਿਲਣਾ ਹੈ। ਸਾਧ ਸੰਗਤ ਦੀ ਸੇਵਾ ਦੇ ਨਾਲ ਸਾਡੇ ਮਨ ਦੀ ਜਿਹੜੀ ਹੰਕਾਰ ਅਤੇ ਮਾਣ ਹੈ ਉਹ ਖਤਮ ਹੁੰਦਾ ਹੈ, ਕਮਜ਼ੋਰੀ ਆ ਜਾਂਦੀ ਹੈ, ਮਨ ਨੀਵਾ ਹੋ ਜਾਂਦਾ ਹੈ। ਔਰ ਭਜਨ ਸਿਮਰ ਦੇ ਨਾਲ ਅਸੀਂ ਆਪਣੇ ਦੇਸ਼ ਜਾ ਸਕਦੇ ਹਾਂ। ਹਾਂਜੀ, ਫੂਲੇ ਕੋ ਗੁਰ ਮਾਰਗ ਪਾ,
ਮਿਟਾਈ, ਗੁਰਪੂਰੇ ਕੀ ਬੇਅੰਤ ਵੜਾਈ। ਜਨਮ ਮਰਨ ਕੀ ਤਰਾਸ, ਅਸੀਂ ਜਨਮਦੇ ਰਹੇ, ਸਿਰ 'ਤੇ ਮੌਤ ਖੜੀ ਰਹੀ, ਫਿਰ ਜਨਮ ਲਿਆ, ਫਿਰ ਮੌਤ ਖੜੀ ਰਹੀ। ਇਹ ਸਾਡਾ ਕੰਮ ਮੌਕਾ ਨਹੀਂ, ਸਾਡਾ ਦੁੱਖ ਗਿਆ ਨਹੀਂ, ਪਰ ਗੁਰੂ ਸਾਹਿਬ ਨੇ ਨਾਮ ਦੇ ਕੇ, ਨਾਮ ਜਪਾ ਕੇ ਆਪਣੇ ਦੇਸ਼ ਲੈ ਜਾਂਦੇ ਆ। ਇਹ 84 ਦਾ ਚੱਕਰ ਜਿਹੜਾ, ਇਸ ਨੂੰ ਕੱਟ ਦਿੰਦੇ, ਜਨਮ ਮਰਨ ਦਾ ਲੇਖਾ ਹੀ ਮੁਕਾ ਦਿੰਦੇ। ਹਾਂਜੀ, ਜਨਮ ਮਰਨ ਕੀ ਤਰਾਸ ਮਿਟਾਈ, ਗੁਰਪੂਰੇ ਕੀ ਬੇਅੰਤ ਵਡਿਆਈ। ਪੂਰੇ ਗੁਰੂ ਦੀ ਵਡਿਆਈ ਕੀ ਹੈ ਕਿ ਜਨਮ ਮਰਨ ਦੀ ਤਰਾਸ ਮੁੱਕ ਜਾਂਦੀ, ਉਹ 84 ਦਾ ਚੱਕਰ ਹੀ ਖਤਮ ਕਰ ਦਿੰਦੇ ਹੈ। ਇਸ ਵਾਸਤੇ ਗੁਰੂ ਸਾਹਿਬ ਜੀ ਫਰਮਾ ਰਿਹਾ ਹੈ ਕਿ ਸਤਿਗੁਰ ਦੀ ਵਡਿਆਈ ਜਿਹੜੀ ਹੈ ਉਹ ਇਸ ਕੰਮ ਦੇ ਨਾਲ ਹੈ। ਜਦ ਜੀਵ ਦਾ ਦੁੱਖ ਦੂਰ ਹੋ ਜਾਂਦਾ ਹੈ, ਆਪਣਾ 84 ਚੋਂ ਨਿਕਲ ਜਾਂਦਾ ਹੈ, ਆਪਣੇ ਦੇਸ਼ ਚਲਾ ਜਾਂਦਾ ਹੈ, ਇਹ ਆਪਣੇ ਦੇਸ਼ ਉੱਥੇ ਖੁਸ਼ੀਆਂ ਮਾਣਦਾ। ਉਹ ਨਾ ਉੱਥੇ ਕੋਈ ਰਾਜਾ, ਨਾ ਰਿੱਜਤ, ਨਾ ਮਾਰਨ ਵਾਲਾ, ਨਾ ਮਰਨ ਵਾਲਾ, ਨਾ ਕੋਈ ਬੜਾ, ਨਾ ਛੋਟਾ। ਉੱਥੇ ਜੋ ਵੀ ਜੀਵ ਚਲਾ ਜਾਂਦਾ ਹੈ ਉਹਨੂੰ ਉਹਦਾ ਹਿੱਸਾ ਮਿਲ ਜਾਂਦਾ, ਉਹਨੂੰ ਉਹਦਾ ਆਦਰ ਮਾਣ ਉੱਥੇ ਮਿਲ ਜਾਂਦਾ। ਚਾਹੇ ਕੋਈ ਔਰਤ ਹੈ, ਚਾਹੇ ਕੋਈ ਪੁਰਸ਼ ਹੈ, ਚਾਹੇ ਕੋਈ ਗਰੀਬ ਹੈ, ਚਾਹੇ ਅਮੀਰ ਹੈ, ਗਰੀਬੀ ਮੀਰੀ ਦਾ ਸਵਾਲ ਨਹੀਂ, ਕਰਨੀ ਦਾ ਸਵਾਲ ਹੈ। ਬਾਣੀ 'ਚ ਗੁਰੂ ਸਾਹਿਬ ਜੀ ਫਰਮਾਉਂਦੇ ਹੈ, ਕੌਣ ਵੱਡਾ ਮਾਇਆ ਵਡਿਆਈ, ਕਹਿੰਦੇ ਨਹੀਂ, ਸੋ ਵੱਡਾ ਜਿਸ ਹਰ ਲੇ ਬੁਲਾਈ, ਉਹ ਵੱਡਾ ਹੈ ਜਿਸ ਨੇ ਪਰਮਾਤਮਾ ਦੇ ਨਾਲ ਪਿਆਰ ਪਾਇਆ। ਦੁਨੀਆਂ 'ਤੇ ਬੜੇ ਬੜੇ ਸ਼ਾਹੂਕਾਰ ਅਰਬਾਂਪਤੀ ਚਲਾ ਜਾਂਦੇ ਆ ਦੁਨੀਆਂ ਤੋਂ, ਲੇਕਿਨ ਉਹਨਾਂ ਨੂੰ ਕੁਛ ਨਹੀਂ ਮਿਲਦਾ। ਜਿਉਂ ਆਏ ਤਿਉਂ ਗਏ ਬੋਰੇ, ਜਿਉਂ ਜਨਮੇ ਤਿਉਂ ਮਰਨ ਪਿਆ, ਜਿੱਦਾਂ ਆਉਂਦੇ ਇਸੇ ਤਰ੍ਹਾਂ ਚਲਾ ਜਾਂਦੇ। ਭਾਵੇਂ ਅਰਬਾਂਪਤੀ ਹੈ, ਖਰਬਾਂਪਤੀ ਹੈ, ਰਾਜਾ ਮਹਾਰਾਜਾ ਹੈ, ਕੁਛ ਵੀ ਹੈਗਾ, ਬੜੇ ਛੋਟੇ ਦਾ ਉੱਥੇ ਕੋਈ ਲਿਹਾਜ਼ ਨਹੀਂ, ਉੱਥੇ ਕਰਨੀ ਦਾ ਲਿਹਾਜ਼ ਹੈ। ਕੌਣ ਬੜਾ ਮਾਇਆ ਵਡਿਆਈ, ਕਹਿੰਦੇ ਨਹੀਂ, ਸੋ ਬੜਾ ਜਿਸ ਹਰ ਲੈਵਲ ਆਏ, ਜਿਸ ਨੇ ਪਰਮਾਤਮਾ ਦੇ ਨਾਲ ਪਿਆਰ ਪਾ ਲਿਆ, ਉਹ ਬੜਾ ਹੈ। ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਜਦੋਂ ਰਿਸ਼ੀਆਂ ਮੁਨੀਆਂ ਨੇ ਕਿਹਾ ਭਗਵਾਨ ਨੂੰ ਕਿ ਸਾਡੇ ਆਸ਼ਰਮ 'ਚ ਦਰਸ਼ਨ ਦਿਓ, ਅਤੇ ਉਹਨਾਂ ਨੇ ਮਨਜ਼ੂਰ ਕਰ ਲਿਆ। ਪਰ ਉਸੇ ਜੰਗਲ ਦੇ ਵਿੱਚ ਇੱਕ ਭੀਲਣੀ ਸੀ, ਬਹੁਤ ਗਰੀਬ ਸੀ, ਖਾਣ ਪੀਣ ਵੀ ਉਹਦੇ ਪਾਸ ਕੁਝ ਖਾਸ ਨਹੀਂ ਸੀ ਹੈ। ਉਸਨੇ ਵੀ ਸੋਚਿਆ ਕਿ ਬੜੇ ਬੜੇ ਅਮੀਰ ਨੇ ਰਿਸ਼ੀ ਮਣੀ, ਇਹਨਾਂ ਦੇ ਮਕਾਨ ਵੀ ਬੜੇ ਅੱਛੇ ਨੇ, ਇਹਨਾਂ ਖਾਣੇ ਵੀ ਬਹੁਤ ਅੱਛੇ ਬਣਾਉਣੇ ਹੈ, ਹੋ ਸਕਦਾ ਮੇਰੇ ਪਾਸ ਭਗਵਾਨ ਨੂੰ ਆਉਣ ਦੇਣ ਜਾਂ ਨਹੀਂ ਆਉਣ ਦੇਣ। ਪਰ ਬਾਈ ਚਾਂਸ ਜੇ ਆ ਵੀ ਜਾਣਗੇ
ਅਤੇ ਮੈਂ ਭੋਗ ਕਾਹਦਾ ਲਗਾਵਾਂਗੀ, ਮੇਰੇ ਪਾਸ ਤਾਂ ਕੁਝ ਨਹੀਂ। ਲੇਕਿਨ ਸ਼ਰਧਾ ਪੂਰੀ ਸੀ, ਪਿਆਰ ਪੂਰਾ ਸੀ, ਬੇਸ਼ੱਕ ਗਰੀਬੀ ਸੀ ਲੇਕਿਨ ਭਜਨ ਸਿਮਰਨ ਕਰਦੀ ਸੀ। ਜੰਗਲ ਵਿੱਚ ਜਾ ਕੇ ਮਿੱਠੇ ਮਿੱਠੇ ਬੇਲ ਤੋੜੇ, ਮਿੱਠੇ ਮਿੱਠੇ ਬੇਲ ਲਿਆ ਕੇ ਆਪਣੀ ਝੌਂਪੜੀ ਦੇ ਵਿੱਚ ਰੱਖ ਦਿੱਤੇ। ਜਦੋਂ ਉਹ ਸਮਾਂ ਆਇਆ, ਭਗਵਾਨ ਜੀ ਨੇ ਪੁੱਛਿਆ ਆ ਕੇ ਕਿ ਮਕਾਨ ਕਿਹਦਾ ਹੈ? ਜੀ ਮੇਰਾ ਹੈ। ਦੂਸਰੇ ਨੂੰ ਪੁੱਛਿਆ, ਉਸਨੇ ਵੀ ਕਿਹਾ ਜੀ ਮੇਰਾ ਹੈ। ਤੀਸਰੇ ਨੂੰ ਪੁੱਛਿਆ, ਉਸਨੇ ਵੀ ਕਿਹਾ ਜੀ ਮੇਰਾ ਹੈ। ਇੱਦਾਂ ਮੇਰਾ ਮੇਰਾ ਕਰਦਿਆਂ ਭਗਵਾਨ ਜੀ ਚਲੇ ਗਏ। ਪੁੱਛਿਆ, ਇੱਥੇ ਕੋਈ ਹੋਰ ਵੀ ਸਾਧੂ ਹੈ? ਉਹਨਾਂ ਨੇ ਭੀਲਣੀ ਨੂੰ ਦੱਸਿਆ ਕਿ ਬੜੀ ਦੂਰ ਜਿਹੀ ਉਹਦੀ ਝੌਂਪੜੀ ਦੱਸੀ, ਕੱਖਾਂ ਦੀ ਝੌਂਪੜੀ ਹੈ ਜੀ, ਉੱਥੇ ਭਗਵਾਨ ਜੀ ਚਲੇ ਗਏ। ਜਿਸ ਚਲੇ ਗਏ, ਪੁੱਛਿਆ ਇਹ ਝੌਂਪੜੀ ਕਿਸ ਦੀ ਹੈ? ਪਿਆਰ ਤੋਂ ਪਿਆਰ ਹੀ ਹੁੰਦਾ ਹੈ। ਪੀਲਣੀ ਉੱਠ ਕੇ ਖੜ੍ਹੀ ਹੋ ਗਈ, ਗਲ ਵਿੱਚ ਪੱਲਾ ਪਾ ਲਿਆ, ਹੱਥ ਬੰਨ ਲਏ, ਕਹਿਣ ਲੱਗੀ ਬੜੀ ਸ਼ਰਧਾ ਦੇ ਨਾਲ, ਬੜੀ ਨਿਵਰਤਾ ਦੇ ਨਾਲ ਕਿਹਾ ਕਿ ਮਹਾਰਾਜ, ਝੌਂਪੜੀ ਵੀ ਆਪਦੀ ਹੈ, ਮੈਂ ਵੀ ਆਪਦੀ ਹਾਂ, ਮੇਰਾ ਇੱਥੇ ਕੁਛ ਨਹੀਂ ਹੈਗਾ। ਉਸ ਝੌਂਪੜੀ ਦੇ ਵਿੱਚ ਬੈਠ ਗਏ, ਉਸ ਝੌਂਪੜੀ ਵਿੱਚ ਬੈਠ ਗਏ ਔਰ ਜੂਠੇ ਬੇਰ ਖਾਧੇ। ਸਾਰੇ ਰਿਸ਼ੀ ਮੁਨੀ ਪਰੇਸ਼ਾਨ ਹੋ ਗਏ ਕਿ ਸਾਡੇ ਪਕਵਾਨ ਪੱਕੇ ਰਹਿ ਗਏ, ਅੱਛੇ ਅੱਛੇ ਮਕਾਨ ਰਹਿ ਗਏ, ਭਗਵਾਨ ਉਹਨਾਂ 'ਚ ਬੈਠੇ ਨਹੀਂ, ਇੱਥੇ ਕੱਖਾਂ ਦੀ ਝੌਂਪੜੀ ਜਾ ਕੇ ਬੈਠੇ ਹੈ, ਜੂਠੇ ਬੇਰ ਖਾਧੇ। ਜਦੋਂ ਦੇਖਿਆ ਉਹਨਾਂ ਨੂੰ ਪਰੇਸ਼ਾਨ, ਸਾਰਿਆਂ ਨੂੰ ਬੁਲਾਇਆ, ਭਾਈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਿਆ ਸੀ, ਤੁਸੀਂ ਕਿਸੇ ਨੇ ਵੀ ਸਾਡਾ ਮਕਾਨ ਨਹੀਂ ਕਿਹਾ, ਆਪਣੇ ਆਪਣੇ ਮਕਾਨ ਤੁਸੀਂ ਕਹੇ ਹੈ, ਅਤੇ ਕਿਸੇ ਦੇ ਮਕਾਨ 'ਚ ਕਿਸ ਤਰ੍ਹਾਂ ਕੋਈ ਬਹਿ ਸਕਦਾ? ਇਸ ਵਿਚਾਰੀ ਗਰੀਬਣੀ ਨੇ ਕੱਖਾਂ ਦੀ ਝੌਂਪੜੀ ਸਾਨੂੰ ਸੌਂਪੀ ਹੈ ਕਿ ਝੌਂਪੜੀ ਵੀ ਆਪਦੀ ਹੈ ਔਰ ਮੈਂ ਵੀ ਆਪਦੀ ਹਾਂ, ਮੇਰਾ ਇੱਥੇ ਕੁਛ ਨਹੀਂ। ਇਸ ਝੌਂਪੜੀ ਵਿੱਚ ਅਸੀਂ ਬੈਠ ਗਏ ਹਾਂ, ਤੁਹਾਡਾ ਕੀ ਇਤਰਾਜ਼ ਹੈ? ਉੱਥੇ ਲਿਖਿਆ, ਜਿਨ ਪ੍ਰੇਮ ਕੀਆ ਤਿੰਨ ਪ੍ਰਭ ਪਾਇਆ। ਜਿਨ ਲਫ਼ ਜਿਹੜਾ ਮੁਸ਼ਤਰਕ ਹੈ, ਕੋਈ ਵੀ ਪਿਆਰ ਪਰਮਾਤਮਾ ਨਾਲ ਕਰ ਸਕਦਾ ਹੈ, ਪਾ ਸਕਦਾ ਹੈ, ਉੱਥੇ ਪਿਆਰ ਦਾ ਸੌਦਾ ਹੈ, ਗੱਲਾਂ ਬਾਤਾਂ ਦਾ ਨਹੀਂ। ਜਿਨ ਪ੍ਰੇਮ ਕੀਆ ਤਿੰਨ ਪ੍ਰਭ ਪਾਇਆ, ਇੱਥੋਂ ਸਬੂਤ ਆਉਂਦਾ ਹੈ ਕਿ ਉਸ ਮਾਲਕ ਨੂੰ ਪਿਆਰ ਦੀ ਜ਼ਰੂਰਤ ਹੈ, ਕਿਸੇ ਦੇ ਮਕਾਨਾਂ ਦੀ ਜ਼ਰੂਰਤ ਨਹੀਂ, ਕਿਸੇ ਦੇ ਅੱਛੇ ਖਾਣਿਆਂ ਦੀ ਜ਼ਰੂਰਤ ਨਹੀਂ, ਬੜੇ ਕਿਸੇ ਦੇ ਪੈਸਿਆਂ ਦੀ ਜ਼ਰੂਰਤ ਨਹੀਂ, ਉਹਨੂੰ ਪਿਆਰ ਦੀ ਜ਼ਰੂਰਤ ਹੈ। ਜਿਨ ਪ੍ਰੇਮ ਕੀਆ ਤਿੰਨ ਪ੍ਰਭ ਪਾਇਆ, ਇੱਥੋਂ ਸਬੂਤ ਹੁੰਦਾ ਹੈ ਕਿ ਉਸ ਮਾਲਕ ਨੂੰ ਹੋਰ ਕੁਛ ਨਹੀਂ ਚਾਹੀਦਾ।
ਜੋ ਬਾਣੀ ਵਿੱਚ ਗੁਰੂ ਸਾਹਿਬ ਜੀ ਫਰਮਾ ਰਹੇ ਠੀਕ ਫਰਮਾ ਰਹੇ। ਹਾਂਜੀ, ਜਨਮ ਮਰਨ ਕੀ ਤ੍ਰਾਸ ਮਿਟਾਈ, ਗੁਰਪੂਰੇ ਕੀ ਬੇਅੰਤ ਵਡਿਆਈ। ਅਗਰ ਮੁਰਸ਼ਦ ਦੀ ਵਡਿਆਈ ਹੁੰਦੀ ਹੈ ਤਾਂ ਕਿਸ ਕਾਰਨ ਹੁੰਦੀ ਹੈ? ਉਹ ਸਾਨੂੰ ਸ਼ਬਦ ਦੇ ਕੇ, ਸ਼ਬਦ ਦੀ ਕਮਾਈ ਕਰਾ ਕੇ ਸਾਨੂੰ ਆਪਣੇ ਦੇਸ਼ ਲੈ ਜਾਂਦੇ, 84 ਦੇ ਚੱਕਰ ਵਿੱਚੋਂ ਸਾਨੂੰ ਕੱਢ ਦਿੰਦੇ ਆ, ਆਪਣੇ ਦੇਸ਼ ਲੈ ਜਾਂਦੇ ਆ ਜਿੱਥੇ ਹਮੇਸ਼ਾ ਵਾਸਤੇ ਸੁੱਖ ਹੀ ਸੁੱਖ ਹੈਗਾ। ਇਸ ਵਾਸਤੇ ਸਤਿਗੁਰ ਦੀ ਵਡਿਆਈ ਹੈ। ਹਾਂਜੀ, ਗੁਰ ਪ੍ਰਸਾਦ ਕਮਲ ਵਿਗਾਸ, ਅੰਧਕਾਰ ਮੈਂ ਪਾਇਆ ਪ੍ਰਕਾਸ਼। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਸਾਡੇ ਅੰਦਰ ਹਨੇਰਾ ਹੈ, ਬਿਲਕੁਲ ਅਸੀਂ ਕੁਛ ਨਹੀਂ ਜਾਣਦੇ, ਮਗਰ ਜਦ ਮੁਰਸ਼ਦ ਨੇ ਸ਼ਬਦ ਦਿੱਤਾ, ਸ਼ਬਦ ਦੀ ਕਮਾਈ ਕੀਤੀ, ਮਿਹਨਤ ਕੀਤੀ, ਅੰਦਰ ਸਾਰੀ ਜਾਣਕਾਰੀ ਹੋ ਗਈ, ਉਹ ਦੀਵਾ ਜਗ ਗਿਆ ਕਿ ਜਿਹੜਾ ਮੇਸ਼ਾਂ ਦਾ ਬੁੱਝਾ ਹੋਇਆ ਸੀ, ਉਹਨੂੰ ਸਪਲਾਈ ਮਿਲਣਾ ਸ਼ੁਰੂ ਹੋ ਗਈ, ਉਹਨੂੰ ਤਾਕਤ ਮਿਲਣਾ ਸ਼ੁਰੂ ਹੋ ਗਈ, ਅੰਦਰ ਰੋਸ਼ਨੀ ਹੋ ਗਈ। ਹਾਂਜੀ, ਗੁਰ ਪ੍ਰਸਾਦ ਕਮਲ ਵਿਗਾਸ, ਅੰਧਕਾਰ ਮੈਂ ਪਿਆ ਪ੍ਰਗਾਸ, ਜਿਨ ਕੀ ਆਸੋ ਗੁਰ ਤੇ ਜਾਣੇ, ਗੁਰ ਕਿਰਪਾ ਤੇ ਮੁਗਦ ਮਨ ਮਾਨੇ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਪਿਛਲੇ ਇਤਿਹਾਸ ਪੜ੍ਹ ਕੇ ਦੇਖੋ, ਅਗਰ ਜਿਸਨੇ ਵੀ ਉਹ ਤਾਕਤ ਪਾਈ ਹੈ ਸਤਿਗੁਰ ਦੇ ਕਹਿਣੇ, ਸਤਿਗੁਰ ਦੇ ਜ਼ਰੀਏ, ਚਾਹੇ ਕੋਈ ਰਿਸ਼ੀ ਮੁਨੀ ਹੈ, ਚਾਹੇ ਕੋਈ ਅਵਤਾਰ ਹੈ, ਚਾਹੇ ਕੋਈ ਫਕੀਰ ਹੈ, ਹਿੰਦੂ ਹੈ ਜਾਂ ਮੁਸਲਮਾਨ ਹੈ, ਅਗਰ ਉਸ ਤਾਕਤ ਨੂੰ ਪਾਇਆ ਤਾਂ ਮੁਰਸ਼ਦ ਦੇ ਜ਼ਰੀਏ, ਮੁਰਸ਼ਦ ਦੇ ਬਿਨਾਂ ਕੁਛ ਨਹੀਂ ਮਿਲ ਸਕਦਾ। ਹਾਂਜੀ, ਜਿਨ ਕੀ ਆਸੋ ਗੁਰ ਤੇ ਜਾਣੇ, ਗੁਰ ਕਿਰਪਾ ਤੇ ਮੁਗਦ ਮਨ ਮਾਨੇ, ਗੁਰ ਕਰਤਾ ਗੁਰ ਕਰਨ ਯੋਗ, ਗੁਰ ਪਰਮੇਸ਼ਰ ਵੀ ਹੋਗ। ਮਹਾਰਾਜ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਸਤਿਗੁਰ ਨੂੰ ਸਤਿਗੁਰ ਦਾ ਰੁਤਬਾ ਨਹੀਂ ਦਿੱਤਾ, ਪਰਮੇਸ਼ਰ ਦਾ ਰੁਤਬਾ ਦਿੱਤਾ। ਪਰ ਕਿਉਂ ਦਿੱਤਾ? ਉਸਨੇ ਅੰਦਰ ਦੇਖਿਆ, ਅੰਦਰ ਜੋ ਕੁਛ ਦੇਖਿਆ ਸੋ ਬਾਹਰ ਦੱਸ ਦਿੱਤਾ। ਲੈਟ ਨਾਲ ਲੈਟ ਮਿਲ ਗਈ, ਪਾਣੀ ਨਾਲ ਪਾਣੀ ਮਿਲ ਜਾਂਦਾ, ਕੀ ਪਤਾ ਲੱਗਦਾ ਤੂੰ ਕੌਣ ਅਤੇ ਮੈਂ ਕੌਣ? ਉੱਥੇ ਸਾਡਾ ਰੱਬ ਹੀ ਰੱਬ ਹੈ। ਜਿਹੜੀ ਆਤਮਾ ਪਰਮਾਤਮਾ ਨਾਲ ਮਿਲ ਗਈ, ਇੱਕ ਮਿੱਕ ਹੋ ਗਈ, ਉਹ ਵੀ ਪਰਮਾਤਮਾ ਬਣ ਗਈ। ਜਦੋਂ ਅੰਦਰ ਦੇਖਿਆ ਮੁਰਸ਼ਦ ਨੂੰ, ਜਿੱਥੇ ਦੇਖਿਆ ਉਸੇ ਤਰ੍ਹਾਂ ਗੁਰੂ ਸਾਹਿਬ ਨੇ ਫਰਮਾ ਦਿੱਤਾ।
ਗੁਰ ਪਰਮੇਸ਼ਰ ਆਤਮਾ ਸਾਡੀ ਪਰਮਾਤਮਾ ਨਾਲ ਮਿਲ ਗਈ, ਜਾਂ ਪਾਣੀ ਪਾਣੀ ਨਾਲ ਮਿਲ ਗਿਆ। ਸਮੁੰਦਰ ਦੀ ਬੂੰਦ ਸਮੁੰਦਰ ਚਲਾ ਜਾਂਦੀ, ਉਹ ਵੀ ਸਮੁੰਦਰ ਹੋ ਜਾਂਦੀ। ਕਈ ਵਾਰ ਅੱਗੇ ਦੱਸਿਆ ਕਿ ਸ਼ਹਿਰਾਂ ਦੇ ਗੰਦੇ ਨਾਲੇ, ਜਿਨ੍ਹਾਂ ਦੇ ਵਿੱਚ ਕੋਈ ਹੱਥ ਨਹੀਂ ਪਾਉਂਦਾ, ਕੋਈ ਵਰਤਦਾ ਨਹੀਂ, ਉਹ ਜਦੋਂ ਬੜੇ ਦਰਿਆਵਾਂ ਵੀ ਚਲਾ ਜਾਂਦੇ ਹੈ, ਉਹ ਵੀ ਦਰਿਆ ਬਣ ਜਾਂਦੇ ਹੈ, ਉਹ ਵੀ ਦਰਿਆ ਬਣ ਜਾਂਦੇ, ਮੈਲ ਕੱਟੀ ਜਾਂਦੀ ਉਹਨਾਂ ਦੀ, ਕੋਈ ਗੰਦਾ ਨਾਲਾ ਨਹੀਂ ਉਹਨਾਂ ਨੂੰ ਕਹਿੰਦਾ। ਜਦ ਵੀ ਸਾਡੀ ਰੂਹ ਆਤਮਾ ਉੱਥੇ ਪਹੁੰਚ ਜਾਏਗੀ, ਚਾਹੇ ਅਸੀਂ ਮਾੜੇ ਹਾਂ ਚੰਗੇ ਹਾਂ ਕਿਸ ਤਰ੍ਹਾਂ ਵੀ ਹੈਗੇ ਹਾਂ, ਲੇਕਿਨ ਜਿਸ ਤਰ੍ਹਾਂ ਪਾਣੀ ਨਾਲ ਪਾਣੀ ਮਿਲ ਜਾਂਦਾ, ਇਸ ਤਰ੍ਹਾਂ ਰੂਹ ਜਿਹੜੀ ਆਤਮਾ ਪਰਮਾਤਮਾ ਨਾਲ ਮਿਲ ਗਈ, ਉਹ ਵੀ ਪਰਮਾਤਮਾ ਹੋ ਗਈ। ਹੁਣ ਜੋ ਕੁਛ ਗੁਰੂ ਸਾਹਿਬ ਜੀ ਫਰਮਾ ਰਹੇ ਉਹਨਾਂ ਦੇਖਿਆ, ਅਸੀਂ ਕੁਝ ਦੇਖਿਆ ਨਹੀਂ ਅੰਦਰ, ਅਸੀਂ ਕੁਝ ਕਹਿ ਨਹੀਂ ਸਕਦੇ। ਜਿਹਨਾਂ ਦੇਖਿਆ ਉਹ ਬਾਣੀ 'ਚ ਲਿਖ ਦਿੱਤਾ, ਲਾਣੀਆਂ ਕਹਿ ਰਹੇ, ਬੜੇ ਜ਼ੋਰ ਸ਼ੋਰ ਨਾਲ ਕਹਿ ਰਹੇ ਨਾ ਉਹ। ਹਾਂਜੀ, ਗੁਰ ਕਰਤਾ ਗੁਰ ਕਰਨ ਯੋਗ, ਗੁਰ ਪਰਮੇਸ਼ਰ ਵੀ ਹੋਗ। ਗੁਰ ਕਰਤਾ ਗੁਰ ਕਰਨੇ ਯੋਗ ਹੈ ਵੀ ਪਰਮੇਸ਼ਰ ਗੁਰ ਭਾਈ, ਜਿਹਨੇ ਦੇਖਿਆ ਗੁਰ ਕਰਤਾ ਹੈ ਕਰਨੇ ਯੋਗ ਹੈ, ਉਹ ਸਾਨੂੰ ਕਹਿ ਸਕਦਾ ਹੈ। ਮਹਾਰਾਜ ਪੰਜਵੀਂ ਪਾਤਸ਼ਾਹੀ ਨੇ ਅੰਦਰ ਦੇਖਿਆ, ਦੇਖ ਕੇ ਸਾਨੂੰ ਉਹ ਬਾਹਰ ਕਹਿ ਰਹੇ ਨੇ। ਅਸੀਂ ਕੁਛ ਨਹੀਂ ਕਹਿ ਸਕਦੇ, ਅਸੀਂ ਅੰਦਰ ਦੇਖਿਆ ਨਹੀਂ, ਅਸੀਂ ਕਹਿ ਨਹੀਂ ਸਕਦੇ, ਅਸੀਂ ਉਹਨਾਂ ਦੀ ਸਹੀ ਤਾਰੀਫ ਵੀ ਨਹੀਂ ਕਰ ਸਕਦੇ। ਹਾਂਜੀ, ਕਹੋ ਨਾਨਕ ਪ੍ਰਭ ਜਨਾਈ, ਬਿਨ ਗੁਰਮੁਖਤ ਨਾ ਪਾਈਐ ਪਾਈ। ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਅਸੀਂ ਤੁਹਾਨੂੰ ਦੱਸ ਦਿੱਤਾ ਹੈ, ਸਾਫ ਲਫਜ਼ਾਂ 'ਚ ਦੱਸ ਦਿੱਤਾ ਹੈ ਕਿ ਬਗੈਰ ਮੁਰਸ਼ਦ ਦੇ ਮੁਕਤੀ ਮਿਲਣਾ ਬਹੁਤ ਔਖੀ ਹੈ। ਅਸੀਂ ਕਰਮ ਕਾਂਡ ਕਰਦੇ ਹਾਂ, ਕਰਮ ਕਾਂਡਾਂ ਦਾ ਲੈਣਾ ਦੇਣਾ ਬਣ ਜਾਂਦਾ ਹੈ, ਕਿਸੇ ਦਾ ਲੈਣਾ ਹੁੰਦਾ, ਕਿਸੇ ਨੂੰ ਦੇਣਾ ਹੁੰਦਾ, ਇਹ ਸਾਡਾ ਕਰਮ ਕਾਂਡਾਂ 'ਚੋਂ ਬਣ ਜਾਂਦਾ ਹੈ। ਫਿਰ ਸਾਨੂੰ ਬਾਰੋਂ ਬਾਰ ਜਨਮ ਲੈਣਾ ਪੈਂਦੇ ਹੈ, ਬਾਰੋਂ ਬਾਰ ਸਾਨੂੰ ਜਨਮ ਲੈਣਾ ਪੈਂਦੇ ਹੈ। ਜਿਸ ਦਾ ਲੈਣਾ ਦੇਣਾ ਹੋਵੇਗਾ ਉੱਧਰ ਅਸੀਂ ਜਨਮ ਲਵਾਂਗੇ, ਪਸ਼ੂ ਬਣਾਂਗੇ, ਪਰਿੰਦੇ ਬਣਾਂਗੇ, ਘੋੜੇ ਖੋਤੇ ਬਣਾਂਗੇ, ਹੋਰ ਕੋਈ ਚੀਜ਼ ਬਣਾਂਗੇ। ਜਿਹਦਾ ਲੈਣਾ ਦੇਣਾ ਮਕਾਉਣਾ ਹੈ ਮਕਾਉਣਾ ਹੈ, ਜਿਹਦੇ ਕੋਲ ਲੈਣਾ ਲੈਣਾ ਹੈ, ਇਹ ਸਾਡੀ ਹਾਲਤ ਬਣ ਜਾਏਗੀ। ਹਾਂਜੀ, ਕਹੋ ਨਾਨਕ ਪ੍ਰਭ ਜਨਾਈ, ਬਿਨ ਗੁਰਮੁਖ ਤਨ ਪਾਈਐ ਪਾਈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਇਹ ਗੁਰੂ ਸਾਹਿਬ ਦੀ ਪੰਜਵੀਂ ਪਾਤਸ਼ਾਹੀ, ਦੇਖੋ ਗੁਰੂ ਗੁਰੂ ਕਰ ਮਨ ਮੋਰ, ਹੈ ਮੇਰੇ ਮਨ ਤੂੰ ਮੁਰਸ਼ਦ ਦਾ ਨਾਮ ਜਪ, ਮੁਰਸ਼ਦ ਦੇ ਬਿਨਾਂ ਹੋਰ ਕੋਈ ਨਹੀਂ ਹੈਗਾ, ਹੋਰ ਕਿਹਦਾ ਜਪੇਗਾ, ਮੁਰਸ਼ਦ ਬਿਨਾਂ ਹੋਰ ਕੋਈ ਸਾਨੂੰ
ਇਹ 84 ਦੇ ਚੱਕਰ 'ਚੋਂ ਕੱਢਣ ਵਾਲਾ ਨਹੀਂ ਹੈ। ਸਹੀ ਰਸਤਾ ਦੱਸਣ ਵਾਲਾ ਸਾਨੂੰ ਕੋਈ ਨਜ਼ਰ ਨਹੀਂ ਆਉਂਦਾ। ਹਾਂਜੀ, ਗੁਰੂ ਗੁਰੂ ਗੋਰ ਕਰ ਮਨ ਮੋਹਰ, ਗੁਰੂ ਬਿਨਾ ਮੈਂ ਨਹੀਂ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨ ਮੇਟ ਦਾਤ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਕਿ ਗੁਰੂ ਦੀ ਟੇਕ ਦੇਣ 'ਤੇ ਰਾਤ ਰੱਖ, ਦਿਨ ਰਾਤ ਉਹਨਾਂ ਦੇ ਕਹਿਣੇ ਮੁਤਾਬਕ ਚੱਲ, ਨਾਮ ਜਪ। ਉਹਨਾਂ ਦੀ ਦਾਤ ਦਿੱਤੀ ਹੋਈ ਜਿਹੜੀ ਹੈ ਉਹਨੂੰ ਕੋਈ ਦੁਨੀਆ ਦੀ ਸ਼ਕਤੀ ਨਹੀਂ ਮੇਟ ਸਕਦੀ। ਜੋ ਗੁਰੂ ਮੁਰਸ਼ਦ ਦਾਤ ਦੇਗਾ ਕੋਈ ਵੀ ਦੁਨੀਆ ਦੀ ਸ਼ਕਤੀ ਨਹੀਂ ਮੇਟ ਸਕਦੀ ਉਸ ਨੂੰ। ਜਿਸ ਨੂੰ ਭਾਈ ਰੱਬ ਆਪ ਸਲਾਹੇ ਆਪ ਦੇਗਾ ਉਹ ਦੂਸਰਾ ਕੀ ਕਰੇਗਾ ਉਸ ਨੂੰ? ਹਜ਼ਾਰਾਂ ਉਹਦੇ ਨਿੰਦਕ ਬਣ ਜਾਣ, ਹਜ਼ਾਰਾਂ ਬਲ ਖਿਲਾਫ ਬਣ ਜਾਣ, ਲੇਕਿਨ ਕੀ ਕਰੇਗਾ? ਪਰਮਾਤਮਾ ਦੇ ਮੁਕਾਬਲੇ 'ਤੇ ਕੋਈ ਆ ਨਹੀਂ ਸਕਦਾ। ਹਾਂਜੀ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨ ਮੇਟ ਦਾਤ, ਗੁਰ ਪਰਮੇਸ਼ਰ ਕੋ ਜਾਨ, ਜੋ ਤਿਸ ਪਾਵੇ ਸੋ ਪਰਵਾਨ। ਮਹਾਰਾਜ ਪੰਜਵੀਂ ਪਾਤਸ਼ਾਹੀ ਮੁਰਸ਼ਦ ਦੀ ਤਾਰੀਫ ਕਰ ਰਹੇ ਹੈ, ਪਰ ਉਹਨਾਂ ਨੇ ਮੁਰਸ਼ਦ ਨੂੰ ਦੇਖਿਆ ਹੈ, ਅੰਦਰ ਦੇਖਿਆ, ਉਹਨਾਂ ਦੀ ਤਾਰੀਫ ਕਰ ਰਹੇ ਨੇ। ਗੁਰ ਪਰਮੇਸ਼ਰ ਇੱਕੋ ਜਾਣ, ਇਹ ਇੱਕ ਮਿਕ ਨੇ, ਦੋ ਨਹੀਂ। ਕਬੀਰ ਸਾਹਿਬ ਨੇ ਵੀ ਫਰਮਾਇਆ, ਰਾਮ ਕਬੀਰਾ ਏਕ ਪਏ ਹੈ ਪਛਾਣ ਨਾ ਸਕੇ ਕੋਏ। ਰਾਮ ਦਾ ਕਬੀਰ ਦਾ ਕੋਈ ਫਰਕ ਨਹੀਂ, ਲੇਕਿਨ ਕੋਈ ਪਛਾਣ ਨਹੀਂ ਸਕਿਆ। ਹਾਂਜੀ, ਗੁਰ ਪਰਮੇਸ਼ਰ ਕੋ ਜਾਨ, ਜੋ ਤਿਸ ਪਾਵੇ ਸੋ ਪਰਵਾਨ, ਗੁਰ ਚਰਨੀ ਜਾ ਕਾ ਮਨ ਲਾਗ, ਦੁਖ ਦਰਦ ਪਰਮ ਤਾਕਾ ਪਾਗ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਗੁਰ ਚਰਨੀ ਜਾਂ ਕਾ ਮਨ ਲੱਗ ਗਿਆ। ਜਿਨ੍ਹਾਂ ਦਾ ਸਤਿਗੁਰ ਦੇ ਚਰਨਾਂ ਨਾਲ ਮਨ ਲੱਗ ਗਿਆ ਭਾਈ, ਉਹਨਾਂ ਦੇ ਦੁੱਖ ਕਿਹੜੇ ਦੱਸੇ ਹੈ? ਇਹ ਦੁਨੀਆ ਦੇ ਦੁੱਖ ਜਿਹੜੇ ਸਾਨੂੰ ਕਰਮਾਂ ਦੇ ਅਨੁਸਾਰ ਆਉਣੇ ਹੈ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਕਿ ਜਦ ਸਾਨੂੰ ਜਨਮ ਮਿਲਿਆ, ਜਦ ਅਸੀਂ ਦੁਨੀਆ ਵਿੱਚ ਆਏ, ਤਾਂ ਅਸੀਂ ਦੁੱਖ ਸੁੱਖ ਲਿਖਾ ਕੇ ਆਏ ਹਾਂ, ਲੈ ਕੇ ਆਏ, ਸਾਡੇ ਸਾਥ ਆਇਆ ਸਭ ਕੁਝ, ਜੋ ਵੀ ਅਸੀਂ ਕੀਤਾ ਕਰਾਇਆ ਸਭ ਸਾਡੇ ਲਾ ਲਿਖਤ ਸਾਡੇ ਨਾਲ ਆਈ ਹੈ। ਇਹ ਅਸੀਂ ਭੋਗਣੀ ਭੋਗਣੀ ਹੈ, ਚਾਹੇ ਅਸੀਂ ਹੱਸਦੇ ਭੋਗ ਲਈਏ, ਰੋਂਦੇ ਭੋਗ ਲਈਏ, ਇਹਦੇ ਭੋਗਣੀ ਭੋਗਣੀ ਹੈ। ਦੁੱਖ ਕਿਹੜੇ ਮੇਟੇ ਹੈ ਮੁਰਸ਼ਦ ਨੇ? 84 ਦੇ ਦੁੱਖ। ਇਹ ਦੁੱਖ ਮਾਮੂਲੀ ਨੇ, ਇਹਨਾਂ ਦਾ ਡਾਕਟਰ ਵੀ ਇਲਾਜ ਕਰ ਸਕਦੇ ਹੈ।
ਔਰ ਵੀ ਘੀਮ ਦਵਾਈਆਂ ਦੇ ਸਕਦੇ ਹੈ। ਇੱਕ 84 ਦਾ ਦੁੱਖ ਜਿਹੜਾ ਹੈ ਉੱਥੇ ਕੋਈ ਦਵਾਈ ਨਹੀਂ ਲੱਗਦੀ, ਕੋਈ ਘੀਮ ਦਵਾਈ ਦੇਣ ਵਾਲਾ ਨਹੀਂ। ਉੱਥੇ ਸਤਿਗੁਰ ਦਾ ਨਾਮ ਜਿਹੜਾ ਉਹ ਨਾਮ ਹੀ ਸਾਨੂੰ ਫਾਇਦਾ ਦੇਵੇਗਾ। ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਠੀਕ ਫਰਮਾ ਰਹੇ। ਹਾਂਜੀ, ਗੁਰ ਚਰਨੀ ਦਾ ਕਾਮਨ ਲਾਗ ਦੁੱਖ ਦਰਦ ਪਰਮਤਾ ਕਾ ਪਾਗ ਗੁਰ ਕੀ ਸੇਵਾ ਪਾਏ ਮਾਨ ਗੁਰ ਉਪਰ ਸਦਾ ਕੁਰਬਾਨ। ਗੁਰੂ ਸਾਹਿਬ ਜੀ ਫਰਮਾ ਰਿਹਾ ਕਿ ਤੂੰ ਸਤਿਗੁਰ ਦਾ ਸੇਵਾਦਾਰ ਬਣ ਜਾ, ਸਤਿਗੁਰ ਦੇ ਉੱਤੇ ਤੂੰ ਮਾਣ ਰੱਖ। ਕਿਉਂ ਕਿ ਦੁਨੀਆ 'ਤੇ ਸਤਿਗੁਰ ਦੇ ਬਰਾਬਰ ਤੈਨੂੰ ਕੋਈ ਨਹੀਂ ਮਿਲੇਗਾ। ਬੇਸ਼ੱਕ ਜਿਤਨੇ ਮਰਜ਼ੀ ਇਹ ਦੁਨੀਆ ਦੇ ਕਰਮ ਕਾਂਡ ਕਰ ਲੈ, ਔਰ ਕੁਛ ਕਰ ਲੈ, ਲੇਕਿਨ ਸਤਿਗੁਰ ਦੇ ਬਰਾਬਰ ਤੈਨੂੰ ਨਹੀਂ ਮਿਲੇਗਾ। ਸਤਿਗੁਰ ਤੋਂ ਸਾਨੂੰ ਉਸ ਕਲੇਸ਼ ਵਿੱਚੋਂ ਕੱਢਦੇ ਹੈ ਜਿਹੜੇ 84 ਦੇ ਕਲੇਸ਼ ਦੁੱਖ ਸਾਡੇ ਵਾਸਤੇ, ਜਿਨ੍ਹਾਂ 'ਚ ਅਸੀਂ ਸਭ ਪਠੂਏ ਬਣਨਾ ਹੈ, ਘੋੜੇ ਬਣਨਾ ਹੈ, ਊਠ ਬਣਨਾ ਹੈ, ਹਾਥੀ ਬਣਨਾ ਹੈ, ਔਰ ਕੁੱਤੇ ਬਿੱਲੇ ਬਣਨਾ, ਜਾ ਕੇ ਹਰ ਇੱਕ ਜਨਮ ਲੈਣਾ ਹੈ। ਉਹਨਾਂ ਜਨਮਾਂ ਦੇ ਵਿੱਚੋਂ ਸਤਿਗੁਰ ਸਾਨੂੰ ਕੱਢਦੇ ਹੈ, ਸਾਡੇ 'ਤੇ ਬਹੁਤ ਕਿਰਪਾ ਕਰਦੇ ਹੈ। ਹਾਂਜੀ, ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ। ਗੁਰੂ ਸਾਹਿਬ ਜੀ ਫਰਮਾ ਰਹੇ ਸਤਿਗੁਰ ਦਾ ਦਰਸ਼ਨ ਦੇਖ ਕੇ ਬਿਲਕੁਲ ਨਿਹਾਲ ਹੋ ਜਾ, ਖੁਸ਼ ਹੋ ਜਾ। ਜਿਸ ਤਰ੍ਹਾਂ ਕ੍ਰਿਸ਼ਨ ਮਹਾਰਾਜ ਜੀ ਪਾਂਡਵਾਂ ਦਾ ਫੈਸਲਾ ਕਰਾਉਣ ਵਾਸਤੇ ਗਏ ਸਨ ਦੁਰਯੋਧਨ ਦੇ ਪਾਸ, ਦੁਰਯੋਧਨ ਨੂੰ ਕਿਹਾ ਕਿ 5 ਪਿੰਡ ਦੇ ਦੇ, 5 ਭਰਾ ਗੁਜ਼ਾਰਾ ਕਰ ਲੈਣਗੇ। ਦੁਰਯੋਧਨ ਨੇ ਕਿਹਾ ਕਿ ਘੋੜੇ ਦੇ ਪੈਰ ਜਿੰਨੀ ਜਗ੍ਹਾ ਨਹੀਂ ਅਸੀਂ ਦੇ ਸਕਦੇ, ਸਾਡੇ ਨਾਲ ਲੜਾਈ ਕਰਨ ਅਤੇ ਲੈ ਲੈਣ। ਉਹਨਾਂ ਦੇ ਵਿੱਚ ਮਾਣ ਸੀ ਕਿ ਸਾਡੇ ਪਾਸ ਫੌਜਾਂ ਨੇ, ਰਿਜਤ ਸਾਡੇ ਨਾਲ ਹੈ, ਰਾਜ ਸਾਡਾ, ਇਹ ਕੀ ਕਰ ਸਕਦੇ ਸਨ। ਪਰ ਮਾਣ ਖੁਦਾ ਨੂੰ ਨਾ ਭਾਵੇ ਬੰਦਿਆ, ਤੂੰ ਮਾਣ ਨਾ ਕਰੀ। ਬੜੇ ਬੜੇ ਰਾਜੇ ਫੇਲ ਹੋ ਜਾਂਦੇ ਆ ਜਦੋਂ ਮਾਣ ਆਉਂਦਾ। ਜਦੋਂ ਉੱਠੀਏ ਤੁਰਨ ਲੱਗੇ ਕ੍ਰਿਸ਼ਨ ਮਹਾਰਾਜ ਜੀ, ਅਤੇ ਕਹਿਣ ਲੱਗੇ ਅੱਜ ਸਾਡੇ ਕੋਲ ਰਹੋ। ਉਹਨਾਂ ਨੇ ਕਿਹਾ ਕਿ ਭਾਈ 2-3 ਮਸਲੇ ਹੁੰਦੇ ਹੈ ਰਹਿਣ ਦੇ, ਜਾਂ ਤਾਂ ਕੋਈ ਰਿਸ਼ਤੇਦਾਰੀ ਹੋਵੇ ਤਦ ਕੋਈ ਰਹਿ ਸਕਦਾ, ਚਾਹੇ ਯਾਰ ਦੋਸਤੀ ਹੋਵੇ ਰਹਿ ਸਕਦਾ ਹੈ, ਗੁਰੂ ਸਿੱਖ ਦਾ ਨਾਤਾ ਹੋਵੇ ਤਦ ਕੋਈ ਰਹਿ ਸਕਦਾ ਹੈ, ਮੇਰਾ ਤੁਹਾਡੇ ਨਾਲ ਤਾਂ ਨਾਤਾ ਹੀ ਕੋਈ ਨਹੀਂ ਰਿਹਾ। ਜਾਂ ਤੁਸੀਂ ਮੇਰੀ ਗੱਲ ਨਹੀਂ ਮੰਨੀ ਤਾਂ ਮੇਰਾ ਕੋਈ ਰਿਸ਼ਤਾ ਹੀ ਨਹੀਂ ਤੁਹਾਡੇ ਨਾਲ। ਬਿਦਰ ਦੇ ਘਰ ਆ ਗਏ, ਦੇਖੋ ਕਿਸ ਤਰ੍ਹਾਂ ਨਿਹਾਲ ਹੁੰਦੀ ਹੈ। ਆ ਕੇ ਬਿਦਰ ਦਾ ਦਰਵਾਜ਼ਾ ਠਕੋਰਿਆ, ਬਿਦਰ ਦੀ ਘਰੋਂ ਔਰਤ ਜਿਹੜੀ ਸੀ ਉਹ ਬਾਹਰ ਨਿਕਲੀ, ਦਰਵਾਜ਼ਾ ਖੋਲ੍ਹਿਆ, ਕ੍ਰਿਸ਼ਨ ਮਹਾਰਾਜ ਦੇ ਦਰਸ਼ਨ ਕਰਦੀ ਹੀ ਬੇਹੋਸ਼ ਹੋ ਗਈ। ਇਤਨਾ ਨਸ਼ਾ ਆ ਗਿਆ,
ਇਤਨੀ ਖੁਸ਼ੀ ਅੰਦਰ ਆ ਗਈ ਕਿ ਸਭ ਕੁਝ ਦੁਨੀਆ ਦਾ ਭੁੱਲ ਗਿਆ। ਕ੍ਰਿਸ਼ਨ ਮਹਾਰਾਜ ਨੂੰ ਕੇਲੇ ਖਵਾਉਣ ਲੱਗੀ, ਛਿੱਲੜ ਉਹਨਾਂ ਨੂੰ ਦੇ ਜਾਵੇ, ਗੱਬੇ ਆਪ ਖਾਈ ਜਾਵੇ, ਪਤਾ ਹੀ ਨਹੀਂ ਰਿਹਾ ਨਸ਼ੇ ਦੇ ਵਿੱਚ ਕਿ ਕੀ ਕਰਨਾ ਹੈਗਾ। ਕ੍ਰਿਸ਼ਨ ਮਹਾਰਾਜ ਛਿੱਲੜ ਖਾਈ ਜਾਂਦੇ ਸੀ, ਜਦੋਂ ਵੇਦਰ ਜੀ ਘਰ ਆਏ ਉਹਨੇ ਦੇਖਿਆ ਭੋਲੀਏ ਕੀ ਕਰ ਰਹੀ ਹੈ, ਭਗਵਾਨ ਨੂੰ ਤੋਂ ਛਿੱਲੜ ਦੇ ਰਹੀ ਹੈ, ਆਪ ਗੱਬੇ ਖਾ ਰਹੀ ਹੈ। ਹੋਸ਼ ਆ ਗਈ, ਉਹ ਨਸ਼ਾ ਨਹੀਂ ਰਿਹਾ, ਫਿਰ ਗੱਬੇ ਦੇਣ ਲੱਗੀ ਛਿੱਲੜ ਛਿੱਲ ਕੇ। ਉਹ ਜਿਸਲੇ ਕ੍ਰਿਸ਼ਨ ਮਹਾਰਾਜ ਨੇ ਖਾਧਾ ਕਹਿਣ ਲੱਗੇ ਉਹ ਸਵਾਦ ਨਹੀਂ ਜਿਹੜਾ ਸਵਾਦ ਪਹਿਲਾਂ ਸੀ, ਜਿਹੜਾ ਪਹਿਲਾਂ ਸਵਾਦ ਸੀ ਉਹ ਸਵਾਦ ਨਹੀਂ ਇਹਦੇ ਵਿੱਚ। ਪਹਿਲਾਂ ਇੱਕ ਨਸ਼ੇ ਦਾ ਸਵਾਦ ਸੀ, ਪਿਆਰ ਦਾ ਸਵਾਦ ਸੀ, ਇਹ ਹੁਣ ਅਕਲ ਦਾ ਸਵਾਦ ਆ ਗਿਆ। ਸੋ ਜੋ ਗੁਰੂ ਸਾਹਿਬ ਜੀ ਬਾਣੀ 'ਚ ਫਰਮਾ ਰਹੇ ਨੇ ਠੀਕ ਫਰਮਾ ਰਹੇ ਹੈ ਕਿ ਸਤਿਗੁਰ ਦਾ ਦਰਸ਼ਨ ਕਰਕੇ ਤੈਨੂੰ ਨਿਹਾਲ ਹੋਣਾ ਚਾਹੀਦਾ, ਤੇਰੇ ਅੰਦਰ ਪਿਆਰ ਆਉਣਾ ਚਾਹੀਦਾ, ਰੂਮ ਰੂਮ ਵਿੱਚ ਤੇਰਾ ਅੰਦਰ ਪਿਆਰ ਭਰਿਆ ਜਾਣਾ ਚਾਹੀਦਾ। ਹਾਂਜੀ, ਗੁਰ ਕਾ ਦਰਸ਼ਨ ਦੇਖ ਨਿਹਾਲ, ਗੁਰ ਕੇ ਸੇਵਕ ਕੀ ਪੂਰਨ ਕਾਲ, ਗੁਰ ਕੇ ਸੇਵਕ ਕੋ ਦੁਖ ਨਾ ਬਿਆਪ, ਗੁਰ ਕਾ ਸੇਵਕ ਦੇ ਦਿਸ ਜਾਪ। ਗੁਰੂ ਸਾਹਿਬ ਜੀ ਫਰਮਾ ਰਿਹਾ ਕਿ ਸਤਿਗੁਰ ਦਾ ਸੇਵਕ ਜਿਹੜਾ ਉਸ ਨੂੰ ਕੋਈ ਦੁੱਖ ਨਹੀਂ। ਇਹ ਜਿਹੜੇ ਦੁਨੀਆ ਦੇ ਦੁੱਖ ਨੇ ਇਹਨਾਂ ਨੂੰ ਨਹੀਂ ਸੰਤ ਕਹਿੰਦੇ, ਇਹਨਾਂ ਬਾਰੇ ਨਹੀਂ ਸੋਚਦੇ, ਉਹ ਦੁੱਖ 84 ਦੇ ਜਿਹੜੇ ਹੈ ਉਹ ਦੁੱਖ ਨਹੀਂ ਆਉਂਦੇ। ਇਹ ਤਾਂ ਸਾਡੇ ਪਿੱਛੇ ਦੱਸਿਆ, ਜੋ ਅਸੀਂ ਪਿੱਛੇ ਕੀਤੇ ਹੈ ਜਨਮਾਂ ਦੇ ਉਹ ਨਾਲ ਹੀ ਲਿਖਾ ਕੇ ਅਸੀਂ ਲਿਆਏ ਹਾਂ, ਉਹ ਅਸੀਂ ਭੋਗਣੇ ਹੈ। ਜਦੋਂ ਮਹਾਰਾਜ ਬਾਬਾ ਸੋਹਣ ਸਿੰਘ ਨੂੰ ਬੁਖਾਰ ਚੜ੍ਹਿਆ ਅਤੇ ਬਾਬਾ ਜੈਮਲ ਸਿੰਘ ਨੇ ਚਿੱਠੀ ਪਾਈ ਕਿ ਬੁਖਾਰ ਤਾਂ ਬਹੁਤ ਦਿਨ ਰਹਿਣਾ ਸੀ ਪਰ ਥੋੜ੍ਹੇ ਦਿਨਾਂ 'ਚ ਮੁੱਕ ਗਿਆ, ਲੇਕਿਨ ਇਹਦੇ ਵਿੱਚ ਤੁਸੀਂ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ, ਇਹ ਪਿਛਲਾ ਹੀ ਲਿਖਿਆ ਲਿਖਾਇਆ ਆਉਂਦਾ ਹੈਗਾ, ਪਿੱਛੋਂ ਲਿਖਿਆ ਆਉਂਦਾ ਹੈ ਅਤੇ ਇੱਥੇ ਸਾਡੇ ਕੋਲ ਆਣੀ ਵਰਤਮਾਨ ਹੁੰਦਾ ਹੈਗਾ। ਇਹ ਸਾਰੇ ਸੰਤਾਂ ਦਾ ਹੁਕਮ ਹੈ ਕਿ ਅਸੀਂ ਪਿੱਛੋਂ ਲਿਖਾ ਕੇ ਲਿਆਏ ਹਾਂ, ਜੋ ਸਾਨੂੰ ਦੁੱਖ ਇੱਥੇ ਆਉਂਦੇ ਹੈ ਉੱਪਰਲੇ ਦੁੱਖ, ਜਿਹੜੇ ਜਨਮਾਂ ਦੇ ਦੁੱਖ ਨੇ ਉਹ ਸੰਤ ਸਾਡੇ ਰਫਾ ਦਫਾ ਕਰਦੇ ਹੈਗੇ। ਹਾਂਜੀ, ਗੁਰ ਕੇ ਸੇਵਕ ਕੋ ਦੁੱਖ ਨਾ ਵਿਆਪ, ਗੁਰ ਕਾ ਸੇਵਕ ਦੇ ਦਿਸ ਜਾਪ, ਗੁਰ ਕੀ ਮਹਿਮਾ ਕਥਨ ਨਾ ਜਾਏ, ਪਾਰ ਬ੍ਰਹਮ ਗੁਰ ਰਿਆ ਸਮਾਏ। ਮਹਾਰਾਜ ਪੰਜਵੀਂ ਪਾਤਸ਼ਾਹੀ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਸਤਿਗੁਰ ਦੀ ਮਹਿਮਾ ਨੂੰ ਕੋਈ ਲਿਖ ਨਹੀਂ ਸਕਦਾ। ਬਾਣੀ 'ਚ ਦੱਸਿਆ ਇਹ ਵਿੱਦਿਆ ਤੂੰ ਬੜੀ ਹੈ ਵਿੱਦਿਆ, ਪਰ ਸੈਂਤਨ ਕੀ ਤੈਂ ਕਦਰ ਨਾ ਜਾਣੀ। ਇਹ ਵਿੱਦਿਆ ਤੂੰ ਬਹੁਤ ਵਿੱਦਿਆ ਹੈ,
ਲੇਕਿਨ ਸੰਤਾਂ ਦੀ ਤੂੰ ਕਦਰ ਨਹੀਂ ਜਾਣੀ। ਸੰਤ ਸਮੁੰਦਰ ਨੇ, ਤੂੰ ਇੱਕ ਬੂੰਦ ਸਮੁੰਦਰ ਦੀ ਹੈ। ਇਹਨਾਂ ਦੀ ਮਹਿਮਾ, ਸੰਤਾਂ ਦੀ ਮਹਿਮਾ ਸੰਤ ਹੀ। ਗੁਰਮੁਖ ਕੀ ਗਤ ਗੁਰਮੁਖ ਜਾਣੇ, ਅਵਰ ਨਹੀਂ ਕੋਈ ਪਰਖ ਪਛਾਣੇ। ਭਾਈ ਗੁਰਮੁਖਾਂ ਦੀ ਗਤੀ ਨੂੰ ਗੁਰਮੁਖੀ ਹੀ ਸਮਝ ਸਕਦੇ ਹੈ। ਹਾਂਜੀ, ਗੁਰ ਕੀ ਮਹਿਮਾ ਕਥਨ ਨ ਜਾਏ, ਪਾਰ ਬ੍ਰਹਮ ਗੁਰ ਰਿਆ ਸਮਾਏ, ਕਹੋ ਨਾਨਕ ਜਾ ਕੇ ਪੂਰੇ ਭਾਗ, ਗੁਰ ਚਰਨੀ ਜਾ ਕਾ ਮਨ ਲਾਗ। ਗੁਰੂ ਸਾਹਿਬ ਜੀ ਸ਼ਬਦ ਸਮਾਪਤ ਕਰਦੇ ਹੋਏ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਕਹੋ ਨਾਨਕ ਤਿਨਕੇ ਪੂਰੇ ਭਾਗ। ਕਿਹਨਾਂ ਦੇ ਪੂਰੇ ਭਾਗ? ਜਿਨ੍ਹਾਂ ਦੇ ਸਤਿਗੁਰ ਦੇ ਚਰਨਾਂ ਦੇ ਨਾਲ ਪਿਆਰ ਲੱਗ ਗਿਆ, ਜਿਨ੍ਹਾਂ ਦੀ ਮੁਹੱਬਤ ਹੋ ਗਈ ਹੈ, ਜੋ ਨਾਮ ਜਪਣਾ ਸ਼ੁਰੂ ਕਰ ਦਿੰਦੇ ਨੇ। ਭਾਈ ਉਹਨਾਂ ਵਰਗਾ ਕੋਈ ਨਹੀਂ ਹੈਗਾ। ਸਤਿਗੁਰ ਦੀ ਕੀ ਮਹਿਮਾ ਅਸੀਂ ਕਰ ਸਕਦੇ ਹਾਂ? ਹਾਂਜੀ, ਕਹੋ ਨਾਨਕ ਜਾ ਕੇ ਪੂਰੇ ਭਾਗ, ਗੁਰ ਚਰਨੀ ਤਾ ਕਾ ਮਨ ਲਾ।